Audio Jungle. ਗੁਰਾਇਆ ਵਿਖੇ ਫਗਵਾੜੇ ਤੋਂ ਆਈਆਂ ਮਾਂ ਧੀ ਨੂੰ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਬਣਾਇਆ ਨਿਸ਼ਾਨਾ। ਹਜ਼ਾਰਾਂ ਰੁਪਏ ਦੀ ਨਕਦੀ ਅਤੇ ਜ਼ਰੂਰੀ ਕਾਗਜ਼ ਲੈ ਕੇ ਹੋਇਆ ਫਰਾਰ। ਜੀ ਤੁਹਾਨੂੰ ਦੱਸੀਏ ਕਿ ਗੁਰਾਇਆ ਦੀ ਨਿਊ ਮਾਰਕੀਟ ਵਿਖੇ ਦੇਰ ਸ਼ਾਮ ਫਗਵਾੜਾ ਤੋਂ ਆਈਆਂ ਮਾਂ ਧੀ ਨੂੰ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਜਸਵਿੰਦਰ ਕੌਰ ਨਾਲ ਫਗਵਾੜਾ ਤੋਂ ਆਈਆਂ ਸਨ। ਜੋ ਆਪਣੇ ਘਰ ਵੱਲ ਨੂੰ ਜਾ ਰਹੀਆਂ ਸੀ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਹਨਾਂ ਨੂੰ ਆਣ ਕੇ ਹਿੱਟ ਕੀਤਾ ਅਤੇ ਉਹਨਾਂ ਦਾ ਪਰਸ ਖੋ ਕੇ ਫਰਾਰ ਹੋ ਗਿਆ, ਜਿਸ ਵਿੱਚ 8,000 ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਸ ਸੰਬੰਧੀ ਉਹਨਾਂ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਆਏ ਸਬ ਇੰਸਪੈਕਟਰ ਜਗਦੀਸ਼ ਰਾਜ ਅਤੇ ASI ਹਰਭਜਨ ਗਿੱਲ ਨੇ ਮੁਹੱਲੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਸ਼ੁਰੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। AP ਨਿਊਜ਼ ਪੰਜਾਬੀ ਲਈ ਗੁਰਾਇਆ ਤੋਂ ਮਨੀਸ਼ ਬਾਬਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਮਾਤਾ, ਜੋ ਤੁਹਾਡੇ ਨਾਲ ਵਾਰਦਾਤ ਹੋਈ ਆ ਇਹਦੇ ਬਾਰੇ ਦੱਸਿਓ ਕੀ ਹੋਇਆ ਜੀ। ਅਸੀਂ ਫਗਵਾੜੇ ਤੋਂ ਆਈਆਂ ਸੀਗੀਆਂ, ਅਸੀਂ ਕਿਹੜਾ ਗੱਡੀ ਸਾਨੂੰ ਉਤਾਰਿਆ, ਅਸੀਂ ਗਲੀ 'ਚ ਵੜੀ ਆਈ ਹਾਂ, ਪਿੱਛੋਂ ਸਾਨੂੰ ਮੋਟਰਸਾਈਕਲ ਦੀ ਕੋਈ ਆਵਾਜ਼ ਨਹੀਂ ਆਈ। ਜਦੋਂ ਕੁੜੀ ਮੇਰੀ ਡਿੱਗੀ ਹੈ ਨਾ ਥੱਲੇ, ਉਦੋਂ ਮੋਟਰਸਾਈਕਲ ਦੀ ਆਵਾਜ਼ ਆਈ, ਅਸੀਂ ਦੇਖਿਆ ਉਹ ਸਵਾਰ ਖਿਲੇ ਗਿਆ, ਕੁੜੀ ਮੇਰੇ ਥੱਲੇ ਡਿੱਗ ਗਈ। ਅਸੀਂ ਜਦ ਉਹ ਮੁੰਡਾ ਨੰਗਿਆ ਮੋਟਰਸਾਈਕਲ ਦੀ ਆਵਾਜ਼ ਉਦੋਂ ਸਾਨੂੰ ਆਈ, ਮੈਂ ਉਹਨੂੰ ਕਿਹਾ ਉਹ ਤੂੰ ਸਾਡੇ ਵਿੱਚ ਕਿਉਂ ਮੋਟਰਸਾਈਕਲ ਮਾਰਿਆ, ਉਹਨੇ ਮੋਟਰਸਾਈਕਲ ਖੜਾ ਨਹੀਂ ਕੀਤਾ ਤੇ ਦੌੜ ਗਿਆ। ਮੋਟਰਸਾਈਕਲ ਤੇ ਕਿੰਨੇ ਜਾਣੇ ਸੀਗੇ? ਇੱਕ ਬੰਦਾ ਸੀ ਮੋਟਰਸਾਈਕਲ ਤੇ, ਤੇ ਹੁਣ ਟੋਪੀ ਪਾਈ ਸਿਰ ਤੇ। ਅੱਛਾ ਜੀ। ਪਿੱਛੇ ਆਵਾਜ਼ ਬਿਲਕੁਲ ਨਹੀਂ ਆਈ ਸਰ। ਜਦੋਂ ਉਹਨੇ ਸਾਕੋ ਕੁੜੀ ਧੱਕਾ ਮਾਰਿਆ ਨਾ, ਅੱਜ ਕੱਲ੍ਹ ਤੂੰ ਧੱਕਾ ਮਾਰਦਾ ਦਿਸਦਾ ਨਹੀਂ ਹੈਗਾ। ਫਿਰ ਉਹਨੇ ਦੇਖਿਆ ਮੰਮੀ ਮੇਰਾ ਬਟੂਆ ਗਾਇਬ, ਸਾਡਾ ਸਮਾਨ ਸਾਰਾ ਖਿਲਰ ਗਿਆ ਸੀਗਾ ਉਸ ਬੀਨ ਤੇ ਉਦੋਂ। ਤੇ ਕਿੰਨਾ ਕੈਸ਼ ਕਿੰਨਾ ਸੀਗਾ ਜੀ? 8,000 ਰੁਪਏ ਦੀ ਮੇਰੇ ਕੋਲ ਕੈਸ਼ ਸੀਗਾ, ਤੇ ਨਾ ਹੀ ਸਾਡੀ ਅਨਕਮ ਮਿਲਦੀਆਂ ਚੀਜ਼ਾਂ ਹੋਰ ਉਸ ਤਰ੍ਹਾਂ ਸਾਡੇ ਕੋਲ ਹੈ ਨਹੀਂ ਗਈ ਹੁਣ। ਤੇ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹਰਜੀਤ ਆ, ਮੇਰੀ ਕੁੜੀ ਦਾ ਜਸਵਿੰਦਰ ਕੌਰ। ਠੀਕ ਹੈ।